اعوذ باللہ من الشیطان الرجیم بسم اللہ الرحمن الرحیم ایک صورت ہے اسایں اتاری ہے اسایں اسا فرض کیتی ہے یعنی ایس جے حکم تو آڑے صرف فرض کیتے نے اتاری ہیں اسایں ایس بچے صاف گلنا شاید تسی مت لو زناکار نہیں تے زناکار سو مارو حارک نو دو ماں بچوں سو سو کوڑا تے نہ آوے تو انوانو تے ترس ਅੱਲਾ ਦਾ ਹੁਕਮ ਤੋਰਨ ਵਿੱਚ ਜੇ ਤੁਸੀਂ ਮੰਨਦੇ ਹੋ ਅੱਲਾ ਨੂੰ ਤੇ ਦਿਨ ਆਖਰਤ ਨੂੰ ਤੇ ਚਾਹੀਏ ਜੋ ਵੇਖਣ ਆਵੇ ਉਹਨਾਂ ਦੇ ਮਾਰਨੇ ਨੂੰ ਇੱਕ ਟੋਲਾ ਇਮਾਨਦਾਰਾਂ ਦਾ ਜ਼ਨਾਹਕਾਰ ਨਹੀਂ ਵਿਆਹ ਲਿਆਉਂਦਾ ਪਰਜਨਾ ਕਰਨੀ ਜਾਂ ਸ਼ਰਕ ਕਰਨ ਵਾਲੀ ਨੂੰ ਤੇ ਜ਼ਨਾਹ ਕਰਨੀ ਨੂੰ ਨਹੀਂ ਵਿਆਹ ਲਿਆਉਂਦਾ ਪਰਜਨਾ ਕਰਨ ਜਾਂ ਸ਼ਰਕ ਕਰਨ ਵਾਲਾ ਤੇ ਹਰਾਮ ਹੋਇਆ ਹੀ ਇਹ ਕੰਮ ਇਮਾਨ ਵਾਲਿਆਂ ਉੱਤੇ ਤੇ ਜਿਹੜੇ ਜਨਾਹ ਦੀ ਤੋਮਤ ਲਾਣ ਪਾਕ ਦਾਮਨ ਔਰਤਾਂ ਨੂੰ ਫਿਰ ਨਾ ਲਿਆਉਣ ਚਾਰ ਗਵਾ ਤਾਂ ਮਾਰੋ ਉਹਨਾਂ ਨੂੰ 80 ਕੋੜੇ ਤੇ ਕਬੂਲ ਨਾ ਕਰੋ ਉਹਨਾਂ ਦੀ ਗਵਾਹੀ ਕਦੇ ਵੀ ਤੇ ਉਹ ਹੀ ਨੇ ਫਾਸਕ ਬੇਫਰਮਾਨ ਪਰ ਜਿਨ੍ਹਾਂ ਤੋਬਾ ਕੀਤੀ ਉਦੋਂ ਪਿੱਛੇ ਤੇ ਸਵਾਰਿਓ ਨੇ ਤਾਂ ਅੱਲਾ ਜ਼ਰੂਰ ਬਖਸ਼ਣਹਾਰ ਮਿਹਰਬਾਨ ਹੈ ਤੇ ਜਿਹੜੇ ਜਨਾਹ ਦੀ ਤੋਮਤ ਲਾਣ ਆਪਣੀਆਂ ਬੀਵੀਆਂ ਨੂੰ ਤੇ ਨਾ ਹੋਣ ਉਹਨਾਂ ਦੇ ਕੋਈ ਗਵਾਹ ਪਰ ਆਪੇ ਹੀ ਤਾਂ ਗਵਾਹੀ ਇਹ ਉਹਨਾਂ ਦੇ ਦੀ ਚਾਰ ਵਾਰੀ ਗਵਾਹੀ ਦੇਣਾ ਸੌਂ ਖਾ ਕੇ ਅੱਲਾ ਦੀ ਭਾਈ ਉਹ ਐ ਸੱਚਿਆਂ ਵਿੱਚੋਂ ਤੇ ਪੰਜਵੀਂ ਵਾਰੀ ਆਖੇ ਇਹ ਜੋ ਫਿਟਕਾਰੇ ਅੱਲਾ ਦੀ ਹੋਸ ਉਤੇ ਜੇ ਹੋਵੇ ਝੂਠਿਆਂ ਵਿੱਚੋਂ ਤੇ ਤਾਲ ਦਿੰਦਾ ਹੈ ਔਰਤਾਂ ਨੂੰ ਮਾਰ ਨੂੰ ਔਰਤ ਦਾ ਗਵਾਹੀ ਦੇਣਾ ਚਾਰ ਗਵਾਹੀਆਂ ਸੌਂ ਖਾ ਕੇ ਅੱਲਾ ਦੀ ਭਾਈ ਮਰਦੇ ਝੂਠਿਆਂ ਵਿੱਚੋਂ ਤੇ ਪੰਜਵੀਂ ਵਾਰੀ ਇਹ ਆਖੇ ਜੋ ਗਜ਼ਬ ਹੋਵੇ ਖੁਦਾ ਦਾ ਔਰਤ ਉੱਤੇ ਜੇ ਮਰਦ ਹੋਵੇ ਸੱਚਿਆਂ ਵਿੱਚੋਂ ਬੁਰਾ ਹੁੰਦਾ ਜੇ ਕਦੇ ਨਾ ਹੁੰਦਾ ਫਜ਼ਲ ਅੱਲਾ ਦਾ ਤੁਸਾਂ ਉੱਤੇ ਤੇ ਮਿਹਰ ਉਹਦੀ ਤੇ ਇਹ ਗੱਲ ਜੋ ਅੱਲਾ ਤੋਬਾ ਕਬੂਲ ਕਰਨ ਵਾਲਾ ਹਕਮਤ ਵਾਲਾ ਹੈ ਜਿਹੜੇ ਲਿਆਏ ਨੇ ਇਹ ਝੂਠ ਦਾ ਤੂਫਾਨ ਜ਼ਰੂਰ ਇੱਕ ਟੋਲਾ ਨੇ ਤੁਸਾਂ ਹੀ ਵਿੱਚੋਂ ਤੁਸੀਂ ਨਾ ਸਮਝੋ ਇਸ ਨੂੰ ਬੁਰਾ ਆਪਣੇ ਲਈ ਸਗੋਂ ਇਹ ਖੈਰ ਹੈ ਤੁਸਾਂ ਲਈ ਹਰ ਆਦਮੀ ਲਈ ਇਹ ਹਿੱਸਾ ਉਹਨਾਂ ਵਿੱਚੋਂ ਜਿੰਨਾ ਗੁਨਾਹ ਖਟੇ ਉਸੂ ਤੇ ਜਨ ਚੁੱਕੀ ਪਾਂਡੇ ਇਸ ਦੀ ਉਹਨਾਂ ਵਿੱਚੋਂ ਉਹਨੂੰ ਬੜੀ ਮਾਰ ਏ ਕਿਉਂ ਨਾ ਜਦ ਸੁਣਿਓ ਜੇ ਇਹ ਗੱਲ ਨੇਕ ਗੁਮਾਨ ਕੀਤਾ ਇਮਾਨਦਾਰਾਂ ਤੇ ਇਮਾਨਦਾਰਨੀਆਂ ਨੇ ਆਪਣੇ ਆਪ ਉੱਤੇ ਤੇ ਕਿਉਂ ਨਾ ਆਖਿਓ ਜੇ ਇਹ ਝੂਠ ਦਾ ਤੂਫਾਨ ਏ ਖੁੱਲਾ-ਖੁੱਲਾ ਨਾਲ ਲਿਆ ਇਸ ਗੱਲ ਉੱਤੇ ਚਾਰ ਗਵਾਹ ਫਿਰ ਜਦ ਨਾ ਲਿਆਂਦੇ ਉਹਨਾਂ ਨੇ ਗਵਾਹ ਤਾਂ ਹੋਈ ਨਹੀਂ ਲੱਗੋ ਝੂਠੇ ਜੇ ਨਾ ਹੁੰਦਾ ਫضل ਅੱਲਾ ਦਾ ਤੁਸਾਂ ਉਤੇ ਜ ਮੇਰੋ ਦੀ ਦੁਨੀਆ ਤੇ ਆਖਰਤ ਵਿੱਚ ਤਾਂ ਜ਼ਰੂਰ ਪਹੁੰਚ ਜੀ ਤੁਹਾਨੂੰ ਉਸ ਗੱਲ ਉਤੋਂ ਜਿਸ ਵਿੱਚ ਪੈਸਾ ਕੋਈ ਬੜੀ ਆਫਤ ਜਦ ਲੈਂਦੇ ਉਸ ਗੱਲ ਨੂੰ ਆਪਣੀਆਂ ਜ਼ੁਬਾਨਾਂ ਨਾਲ ਤੇ ਆਖਦੇ ਹੋ ਆਪਣੇ ਮੂੰਹ ਨਾਲ ਜਿਸ ਗੱਲ ਦੀ ਨਹੀਂ ਤੁਹਾਨੂੰ ਕੋਈ ਖਬਰ ਤੇ ਜਾਣਦੇ ਹੋ ਉਸ ਨੂੰ ਨਿੱਕੀ ਗੱਲ ਹੈ ਤੇ ਉਹ ਅੱਲਾ ਦੇ ਕੋਲ ਬੜੀ ਗੱਲ ਹੈ ਕਿਉਂ ਨਾ ਜਦ ਸੁਣਿਓ ਜੇ ਇਹ ਗੱਲ ਆਖੀ ਹੋ ਜੇ ਰਵਾ ਨਹੀਂ ਸਾਨੂੰ ਇਹ ਗੱਲ ਮੂੰਹੋਂ ਕੱਢਣੀ ਸੁਭਾਨ ਅੱਲਾ ਤੂੰ ਬੇਅਬ ਇਹ ਬੜਾ ਬਹੁਤਾਨ ਹੈ ਨਸੀਹਤ ਕਰਦਾ ਹੈ ਤੁਹਾਨੂੰ ਅੱਲਾ ਤਾ ਮੁਰਕੇ ਨਾ ਕਰੋ ਐਸਾ ਕੰਮ ਕਦੇ ਜੇ ਤੁਸੀਂ ਇਮਾਨਦਾਰ ਹੋ ਕਿ ਬਿਆਨ ਕਰਦਾ ਹੈ ਅੱਲਾ ਤੁਸਾਂ ਦੀ ਆਇਤਾ ਤੇ ਅੱਲਾ ਜਾਣਨ ਵਾਲਾ ਹਕਮਤ ਵਾਲਾ ਹੈ ਜਿਹੜੇ ਚਾਹਦੇ ਨੇ ਭਾਈ ਫੈਲ ਜਾਏ ਬੇਹਯਾਈ ਇਮਾਨਦਾਰਾਂ ਵਿੱਚ ਜ਼ਰੂਰ ਉਹਨਾਂ ਨੂੰ ਦੁੱਖ ਦੀ ਮਾਰ ਹੈ ਦੁਨੀਆ ਤੇ ਆਖਰਤ ਵਿੱਚ ਤੇ ਅੱਲਾ ਜਾਣਦਾ ਹੈ ਤੇ ਤੁਸੀਂ ਨਹੀਂ ਜਾਣਦੇ ਹੋ ਤੇ ਜੇ ਕਦੇ ਨਾ ਹੁੰਦਾ ਫਜ਼ਲ ਅੱਲਾ ਦਾ ਤੁਸਾਂ ਉੱਤੇ ਤੇ ਮਿਹਰ ਹੋਦੀ ਤੇ ਇਹ ਗੱਲ ਜੋ ਅੱਲਾ ਨਰਮੀ ਕਰਨ ਵਾਲਾ ਮਿਹਰਬਾਨ ਹੈ ਤਾਂ ਕੀ ਕੁਝ ਨਹੀਂ ਹੋ ਸਕਦਾ ਐ ਇਮਾਨਦਾਰ ਉਹ ਨਾ ਤੁਰੇ ਸ਼ੈਤਾਨ ਦੇ ਕਦਮਾਂ ਉੱਤੇ ਤੇ ਜਿਹੜਾ ਤੁਰੇਗਾ ਸ਼ੈਤਾਨ ਦੇ ਕਦਮਾਂ ਉੱਤੇ ਤਾਂ ਉਹ ਸ਼ੈਤਾਨ ਹੁਕਮ ਕਰਦਾ ਬੇਹਯਾਈ ਤੇ ਬੁਰੇ ਕੰਮ ਦਾ ਤੇ ਜੇ ਕਦੇ ਨਾ ਹੁੰਦਾ ਫਜ਼ਲ ਅੱਲਾ ਦਾ ਤੁਸਾਂ ਉੱਤੇ ਤੇ ਮਿਹਰ ਹੋਦੀ پاک ਨਾ ਹੁੰਦਾ ਤੁਸਾਂ ਵਿੱਚੋਂ ਕੋਈ ਵੀ ਕਦੇ ਪਰ ਅੱਲਾ ਹੀ پاک ਕਰਦਾ ਹੈ ਜਿਸ ਨੂੰ ਚਾਹੇ ਤੇ ਅੱਲਾ ਸੁਣਦਾ ਜਾਣਦਾ ਹੈ ਚਾਹੀਦਾ ਹੈ ਜੋ ਕਸਮ ਨਾ ਖਾਣ ਬਜ਼ੁਰਗੀ ਵਾਲੇ ਤੁਸੀਂ ਵਿੱਚੋਂ ਤੋ ਕੁਸ਼ਾਇਸ਼ ਵਾਲੇ ਭਈ ਨਾ ਦੇਣਗੇ ਸਾਕੇਦਾਰਾਂ ਤੇ ਭੁੱਖਿਆਂ ਤੇ ਅੱਲਾ ਦੇ ਰਾਹ ਵਿੱਚ ਵਤਨ ਛੱਡਣ ਵਾਲਿਆਂ ਨੂੰ ਤੇ ਚਾਹੀਦਾ ਹੈ ਜੋ ਮਾਫ ਕਰਨ ਤੇ ਦਰਗੁਜ਼ਰ ਕਰਨ ਪਰ ਤੁਸੀਂ ਨਹੀਂ ਚਾਹਦੇ ਹੋ ਕੋਈ ਅੱਲਾ ਬਖਸ਼ੇ ਤੁਹਾਨੂੰ ਤੇ ਅੱਲਾ ਬਖਸ਼ਣਹਾਰ ਮਿਹਰਬਾਨ ਹੈ ਜਿਹੜੇ ਤੁਮ ਦਰਾਂਦੇ ਨੇ پاک ਦਾਮਨਾ ਦੇਖ ਬਣਾ ਇਮਾਨਦਾਰ ਔਰਤਾਂ ਨੂੰ ਉਹ ਜ਼ਰੂਰ ਫਟਕਾਰੇ ਗਏ ਦੁਨੀਆ ਤੇ ਆਖਰਤ ਵਿੱਚ ਤੇ ਉਹਨਾਂ ਨੂੰ ਬੜੀ ਮਾਰ ਉਹ ਪੁੱਲ ਨਾ ਜਾਣ ਜਿਸ ਦਿਨ ਗਵਾਹੀ ਦੇਣ ਗਿਆ ਉਹਨਾਂ ਉੱਤੇ ਉਹਨਾਂ ਦੀ ਜ਼ੁਬਾਨਾਂ ਤੇ ਹੱਥ ਤੇ ਪੈਰ ਉਸ ਕੰਮ ਦੀ ਜੋ ਕਰਦੇ ਸਨ ਉਸ ਦਿਨ ਪੂਰੀ ਦੇਗਾ ਉਹਨਾਂ ਨੂੰ ਅੱਲਾ ਸਜ਼ਾ ਉਹਨਾਂ ਦੀ ਜੋ ਚਾਹੀਦੀ ਹੈ ਤੇ ਜਾਣਨਗੇ ਭਾਈ ਜ਼ਰੂਰ ਅੱਲਾ ਹੀ ਹੈ ਸੱਚਾ ਸਾਫ਼ ਬਿਆਨ ਕਰਨ ਵਾਲਾ ਗੰਧੀਆਂ ਗੰਦੇਆਂ ਲਈ ਤੇ ਗੰਦੇ ਨੇ ਗੰਧੀਆਂ ਲਈ ਤੇ ਪਾਕ ਔਰਤਾਂ ਨੇ ਪਾਕ ਮਰਦਾਂ ਲਈ ਤੇ ਪਾਕ ਮਰਦ ਨੇ ਪਾਕ ਔਰਤਾਂ ਲਈ ਇਹ ਲੋਕ ਪਾਕ ਨੇ ਉਸ ਗੱਲਾਂ ਜਿਹੜੀ ਆਖਦੇ ਨੇ ਉਹਨਾਂ ਲਈ ਬਖਸ਼ਿਸ਼ ਹੈ ਤੇ ਇੱਜ਼ਤ ਦੀ ਰੋਟੀ ਐਈ ਮਹੰਦਾਰੋ ਨਾ ਵੜੋ ਕਿਸੇ ਘਰਾਂ ਵਿੱਚ ਸਵਾ ਆਪਣੇ ਘਰਾਂ ਦੇ ਜਦ ਤੱਕ ਰਜ਼ਾ ਨਾ ਲੈ ਲਓ ਤੇ ਸਲਾਮ ਨਾ ਆਖ ਲੋ ਕਰਵਾਲਿਆਂ ਨੂੰ ਇਹ ਤਰੀਕਾ ਚੰਗਾ ਜੇ ਤੁਹਾਨੂੰ ਸ਼ਾਇਦ ਤੁਸੀਂ ਨਸੀਹਤ ਪਕੜੋ ਫਿਰ ਜੇ ਨਾ ਜਾਪ ਜੇ ਉੱਥੇ ਕੋਈ ਤਾਂ ਨਾ ਵੜੋ ਉੱਥੇ ਜਦ ਤੱਕ ਇਜਾਜ਼ਤ ਨਾ ਮਿਲੇ ਤੁਹਾਨੂੰ ਤੇ ਜੇ ਆਖਿਆ ਜੇ ਤੁਹਾਨੂੰ ਪਿਛਾ ਮੁਰ ਜਾਓ ਤਾਂ ਮੁਰ ਜਾਓ ਐਸੀ ਚ ਵਧੀਰੀ ਸਫਾਈ ਹੈ ਤੁਸਾਂ ਦੇ ਤੇ ਅੱਲਾ ਜਾਣਦਾ ਜੋ ਕਰਦੇ ਹੋ ਨਹੀਂ ਹੈ ਤੁਸੀਂ ਉੱਤੇ ਕੁਝ ਗੁਨਾਹ ਜੋ ਵੜੋ ਤੁਸੀਂ ਜਿਨ੍ਹਾਂ ਘਰਾਂ ਵਿੱਚ ਕੋਈ ਨਹੀਂ ਵੱਸਦਾ ਉੱਥੇ ਕੁਝ ਕੰਮ ਹੈ ਤੁਹਾਡਾ ਤੇ ਅੱਲਾ ਜਾਣਦਾ ਹੈ ਜੋ ਜ਼ਾਹਿਰ ਕਰਦੇ ਹੋ ਉੱਤੇ ਜੋ چھਪਾਉਂਦੇ ਹੋ ਜੇ ਤੁਸੀਂ ਆਖਦੇ ਹੋ ਇਮਾਨਦਾਰਾਂ ਨੂੰ ਠੇਹਾ ਰੱਖਣ ਜ਼ਰਾ ਅੱਖੀਆਂ ਆਪਣੀਆਂ ਤੇ ਨਿਗਰਾਨੀ ਕਰਨ ਆਪਣੇ ਨਗੇਜ਼ਾਂ ਦੀ ਐਸ ਵਿੱਚ ਬਧੇਰੀ ਸਫਾਈ ਹੈ ਉਹਨਾਂ ਲਈ ਅੱਲਾ ਨੂੰ ਜ਼ਰੂਰ ਖਬਰ ਹੈ ਜੋ ਕਰਦੇ ਨੇ ਤੇ ਆਖਦੇ ਇਮਾਨਦਾਰਨੀਆਂ ਨੂੰ ਠੇਹਾ ਰੱਖਣ ਜ਼ਰਾ ਅੱਖੀਆਂ ਆਪਣੀਆਂ ਤੇ ਨਿਗਰਾਨੀ ਕਰਨ ਆਪਣੇ ਨਗੇਜ਼ਾਂ ਦੀ ਤੇ ਜ਼ਾਹਿਰ ਨਾ ਕਰਨ ਸ਼ਿੰਗਾਰ ਆਪਣਾ ਪਰ ਜੋ ਖੁਦ ਜ਼ਾਹਿਰ ਹੋਇਆ ਉਸ ਵਿੱਚੋਂ ਤੇ ਚਾਹੀਦਾ ਏ ਜੋ ਲੈ ਲੈਣ ਔਰਨੀਆਂ ਆਪਣੀਆਂ ਆਪਣੇ ਗਰੇਬਾਨਾ ਉੱਤੇ ਤੇ ਜ਼ਾਹਿਰ ਨਾ ਕਰਨ ਸ਼ਿੰਗਾਰ ਆਪਣਾ ਪਰ ਅੱਗੇ ਆਪਣੇ ਖਾਮਦਾਂ ਦੇ ਤੇ ਆਪਣੇ ਪਿਓਾਂ ਦੇ ਤੇ ਆਪਣੇ ਖਾਮਦਾਂ ਦੇ ਪਿਓਾਂ ਦੇ ਜਾਂ ਆਪਣੇ ਪੁੱਤਰਾਂ ਦੇ ਜਾਂ ਆਪਣੇ ਖਾਮਦਾਂ ਦੇ ਪੁੱਤਰਾਂ ਦੇ ਜਾਂ ਆਪਣੇ ਭਰਾਵਾਂ ਦੇ ਪੁੱਤਰਾਂ ਦੇ ਜਾਂ ਆਪਣੇ ਭੈਣਾਂ ਦੇ ਪੁੱਤਰਾਂ ਦੇ ਜਾਂ ਆਪਣੇ ਮਿਲਣ ਵਾਲੀਆਂ ਔਰਤਾਂ ਦੇ ਯਾ ਆਪਣੇ ਹਸਦੇ ਮਾਲ ਦੇ ਯਾ ਕਾਮਿਆ ਮਰਦਾਂ ਦੇ ਜਿਹੜੇ ਹੋਰ ਕਿਸੇ ਕਿਸਮ ਦੀ ਲੋੜ ਬੰਨ ਨਾ ਹੋਣ ਯਾ ਲੜਕਿਆਂ ਦੇ ਜਿਹੜੇ ਵਾਕਿਫ ਨਹੀਂ ਹੋਏ ਔਰਤਾਂ ਦੇ ਨਗੇਜ਼ ਉੱਤੇ ਤੇ ਦਬ ਕੇ ਨਾ ਮਾਰਨ ਪੈਰ ਆਪਣੀ ਜ਼ਮੀਨ ਉੱਤੇ ਤਾਂ ਜਾਪੇ ਜੋ ਛਪਾਂਦੀਆਂ ਨੇ ਆਪਣਾ ਸ਼ਿੰਗਾਰ ਤੇ ਤੋਬਾ ਕਰੋ ਅੱਲਾਹ ਕੇ ਸਾਰੇ ਐ ਇਮਾਨਦਾਰੋ ਸ਼ਾਇਦ ਤੁਸੀਂ ਮੁਰਾਦ ਪਾਓ ਵਿਆਹ ਦਿਓ ਛੜਿਆਂ ਨੂੰ ਆਪਣੇ ਵਿੱਚੋਂ ਜੋ ਨੇਕ ਵਕਤ ਨੇ ਤੁਹਾਡੇ ਲੌਂਡੀ ਤੇ ਗੁਲਾਮਾਂ ਵਿੱਚੋਂ ਇਹ ਹੋਣਗੇ ਕੰਗਾਲ ਦولتਬੰਦ ਕਰ ਦੇਗਾ ਉਹਨਾਂ ਨੂੰ ਅੱਲਾ ਆਪਣੇ ਫਜ਼ਲ ਨਾਲ ਤੇ ਅੱਲਾ ਕੁਸ਼ਾਸ਼ ਵਾਲਾ ਹੈ ਸਭ ਕੁਝ ਜਾਣਦਾ ਤੇ ਚਾਹੀਦਾ ਹੈ ਜੋ ਆਪਣੇ ਆਪ ਨੂੰ ਥੰਮ ਕੇ ਰੱਖਣ ਜਿਨ੍ਹਾਂ ਨੂੰ ਨਹੀਂ ਜੁੜਦਾ ਵਿਆਹ ਜਦ ਤੱਕ ਦولت ਮੰਦਨਾ ਕਰੇ ਉਹਨਾਂ ਨੂੰ ਅੱਲਾ ਆਪਣੇ ਫਜ਼ਲ ਨਾਲ ਤੇ ਜਿਹੜੇ ਮੰਗਣ ਲਿਖਤ ਤੁਹਾਡੇ ਹੱਥ ਦੇ ਮਮਲੂਕ ਯਾਨੀ ਗੁਲਾਮ ਤਾਂ ਲਿਖਤ ਦੇ ਦੇ ਉਹਨਾਂ ਨੂੰ ਜੇ ਜਾਣੋ ਉਹਨਾਂ ਵਿੱਚ ਭਲਾਈ ਤੇ ਦਿਓ ਉਹਨਾਂ ਨੂੰ ਅੱਲਾ ਦੇ maal ਵਿੱਚੋਂ ਜਿਹੜਾ ਦਿੱਤਾ ਸੂ ਤੁਹਾਨੂੰ ਮਾਲਕ ਆਪਣੇ ਗੁਲਾਮ ਨੂੰ ਲਿਖ ਦਿੰਦਾ ਹੈ ਭਾਈ ਜੇ ਇਤਨਾ ਰੁਪਿਆ ਤੂੰ ਲਿਆ ਦੇ ਤਾਂ ਤੇਰੀ ਖਲਾਸੀ ਕਰ ਲਈਏ ਇਹ ਇਸ ਇਕਰਾਰਨਾਮੇ ਨੂੰ ਲਿਖਾ ਤਿਆ ਜਾਂਦਾ ਹੈ ਨਾਲੇ ਸਭ ਲੋਕਾਂ ਨੂੰ ਹੁਕਮ ਫਰਮਾਇਆ ਹੈ ਕਿ ਭਈ ਥੋੜਾ ਥੋੜਾ ਰੁਪਿਆ ਉਸ ਨੂੰ ਦੇਣ ਤਾਂ ਆਪਣੇ ਮਾਲਕ ਤੋਂ ਦੇ ਕੇ ਛੁੱਟ ਜਾਵੇ ਤੇ ੱਤਕਾ ਨਾ ਕਰੋ ਆਪਣੀ ਲੌੜੀਆਂ ਨਾਲ ਜ਼ਨਾਕਾਰੀ ਉੱਤੇ ਜੇ ਚਾਨ ਬਚ ਕੇ ਰਹਿਣਾ ਤਾਂ ਢੂੰਡੋ ਅਸਬਾਬ ਦੁਨੀਆ ਦੇ ਜੀਉਣੇ ਦਾ ਤੇ ਜਿਹੜਾ ੱਤਕਾ ਕਰੇਗਾ ਉਹਨਾਂ ਨਾਲ ਤਾਂ ਲਾਉਣ ਨਾਲ ੱਲ ੱਤਕਾ ਹੋਂ ਦੇ ਪਿੱਛੋਂ ਜ਼ਰੂਰ ਬਖਸ਼ਨਾਰ ਮਿਹਰਬਾਨ ਹੈ ਤੇ ਜ਼ਰੂਰ ਅਸਾਂ ਉਤਾਰੀਆਂ ਨੇ ਤੁਸਾਂ ਵੱਲ ਤੇ ਬਚ ਕੇ ਤੁਰਨ ਵਾਲਿਆਂ ਲਈ ਸਾਫ਼-ਸਾਫ਼ ਗੱਲਾਂ ਤੇ ਮਸਾਲਾ ਉਹਨਾਂ ਦੀਆਂ ਜਿਹੜੇ ਗੁਜ਼ਰ ਚੁੱਕੇ ਨੇ ਪਹਿਲੇ ਤੁਸਾਂ ਤੋਂ ਅੱਲਾਹ ਚਾਨਣ ਹੈ ਅਸਮਾਨਾਂ ਤੇ ਜ਼ਮੀਨਾਂ ਦਾ ਉਹਦੇ ਚਾਨਣ ਦਾ ਹਾਲ ਇੱਕ ਆਲੇ ਵਾਂਗੂ ਹੈ ਜਿਸ ਵਿੱਚ ਦੀਵਾ ਬਲਦਾ ਦੀਵਾ ਸ਼ੀਸ਼ੇ ਵਿੱਚ ਸ਼ੀਸ਼ਾ ਹੈ ਜਿਵੇਂ ਤਾਰਾ ਚਮਕਦਾ ਦੀਵਾ ਬਾਲਿਆ ਜਾਂਦਾ ਹੈ ਜ਼ੈਤੂਨ ਬਰਕਤ ਵਾਲੇ ਦਰਖਤ ਦੇ ਤੇਲ ਦਾ ਨਚਰ ਦੇ ਦਾ ਨ ਲੈਂਦੇ ਦਾ ਨੇਰੇ ਹੈ ਤੇਲ ਉਸ ਦਾ ਜੁ ਬਲ ਤੇ ਭਾਵੇਂ ਜੇਕਰ ਨ ਛੂਏ ਉਸ ਨੂੰ ਅਗ ਚਾਨਣ ਉੱਤੇ ਚਾਨਣ ਰਾ ਦੱਸਦਾ ਹੈ ਅੱਲਾ ਆਪਣੇ ਚਾਨਣ ਦਾ ਜਿਸ ਨੂੰ ਚਾਏ ਤੇ ਬਿਆਨ ਕਰਦਾ ਹੈ ਅੱਲਾ ਖਾਨ ਲੋਕਾਂ ਵਾਸਤੇ ਕਿ ਅੱਲਾ ਹਰ ਕਾਥੇ ਦਾ ਜਾਣੂ ਹੈ ਉਸ ਦੇ ਨੂਰ ਵਾਲ ਹਦਾਇਤ ਪਾਣ ਵਾਲੇ ਮਿਲਦੇ ਨੇ ਉਹਨਾਂ ਕਰਾਂ ਵਿੱਚ ਜੋ ਹੁਕਮ ਦਿੱਤਾ ਅੱਲਾ ਨੇ ਭਾਈ ਉੱਚੇ ਕੀਤੇ ਜਾਣ ਯਾਨੀ ਮਸੀਤਾਂ ਤੇ ਯਾਦ ਕੀਤਾ ਜਾਏ ਉੱਥੇ ਨਾਮ ਉਹਦਾ ਪਾਕੀ ਨਾਮ ਯਾਦ ਕਰਦੇ ਨੇ ਉਹਨੂੰ ਉੱਥੇ ਸਵੇਰ ਤੇ ਸ਼ਾਮ ਮਰਦ ਜਿਨ੍ਹਾਂ ਨੂੰ ਨਹੀਂ ਰੋਕਦੀ ਅੱਲਾਹ ਦੀ ਯਾਦ ਤੋਂ ਸੁਦਾਗਰੀ ਤੇ ਨਾ ਵੇਚਣਾ ਖਰੀਦਣਾ ਤੇ ਨਮਾਜ਼ ਪੜਨ ਤੇ ਜ਼ਕਾਤ ਦੇਣ ਤੋਂ ਗਾਫਲ ਨਹੀਂ ਕਰਦੀ ਉਹ ਡਰਦੇ ਨੇ ਉਸ ਦਿਨੋਂ ਜਿਸ ਵਿੱਚ ਦਿਲ ਕਾਬਰ ਜਾਣਗੇ ਤੇ ਅੱਖੀਆਂ ਤਾਰੇ ਲੱਗ ਜਾਣਗੀਆਂ ਤਾਂ ਬਦਲਾ ਦੇ ਉਹਨਾਂ ਨੂੰ ਅੱਲਾਹ ਉਹਨਾਂ ਦੇ ਕੀਤੇ ਵਿੱਚੋਂ ਸੋਨੇ ਕੰਮ ਦਾ ਤੇ ਵਧ ਦੇ ਉਹਨਾਂ ਨੂੰ ਆਪਣੇ ਫਜ਼ਲ ਨਾਲ ਤੇ ਅੱਲਾ ਰਜ਼ਕ ਦਿੰਦਾ ਜਿਸ ਨੂੰ ਚਾਹੇ ਬੇਸ਼ੁਮਾਰ ਤੇ ਜਿਹੜੇ ਬੇਈਮਾਨ ਹੋ ਗਏ ਉਹਨਾਂ ਦੇ ਅਮਲ ਨੇ ਜਿਉਂ ਸਰਾਬ ਯਾਨੀ ਪਾਖ ਰੜੇ ਮੈਦਾਨ ਵਿੱਚ ਤਰਿਆਇਆ ਸਮਝੇ ਉਸ ਨੂੰ ਪਾਣੀ ਉਥੋਂ ਤੀਕ ਜਦਾ ਆਇਆ ਉਥੇ ਨਾ ਲੱਭੋ ਸੂ ਉਥੇ ਕੁਝ ਤੇ ਮਿਲ ਪਿਆ ਅੱਲਾ ਨੂੰ ਉਸ ਕੋਲ ਫਿਰ ਪੂਰਾ ਦਿੱਤੋ ਸੂ ਉਹਨੂੰ ਲੇਖਾ ਉਹਦਾ ਤੇ ਅੱਲਾ ਸ਼ਿਤਾਬੀ ਲੇਖਾ ਲੈਣ ਵਾਲਾ ਹੈ ਯਾ ਜਿਉਂ ਹਨੇਰੇ ਡੂੰਗੇ ਸਮੁੰਦਰ ਵਿੱਚ ਟਕਦੀ ਹੈ ਉਸ ਨੂੰ ਠਾਠ ਉਸ ਦੇ ਉੱਪਰ ਹੋਰ ਠਾਠ ਉਸਦੇ ਉਤੋਂ ਬਦਲ ਕਈ ਹਨੇਰੇ ਨੇ ਉੱਤੇ ਇੱਕ ਦੂਜੇ ਦੇ ਆਦਮੀ ਜਦ ਕੱਢੇ ਹੱਥ ਆਪਣਾ ਨਹੀਂ ਆਉਂਦਾ ਜੋ ਉਸ ਨੂੰ ਵੇਖ ਲੈ ਤੇ ਜਿਸ ਨੂੰ ਨਾ ਦਿੱਤਾ ਅੱਲਾ ਨੇ ਚਾਨਣ ਸੋ ਨਹੀਂ ਆਉ ਉਸ ਨੂੰ ਕਿਤੇ ਵੀ ਚਾਨਣ ਭਲਾ ਤੂੰ ਨਹੀਂ ਡਿੱਠਾ ਜੋ ਅੱਲਾ ਦੀ ਪਾਕੀ ਬੋਲਦਾ ਹੈ ਜੋ ਕੋਈ ਹੈ ਅਸਮਾਨਾਂ ਤੇ ਜ਼ਮੀਨ ਵਿੱਚ ਤੇ ਉਹ ਪੰਛੀ ਜਿਹੜੇ ਉੜਦੇ ਨੇ ਪਰ ਖੋਲ ਕੇ ਹਰ ਇੱਕ ਨੇ ਮਾਲੂਮ ਕਰ ਰੱਖੀ ਆਪਣੀ ਤਰ੍ਹਾਂ ਦੀ ਨਮਾਜ਼ ਤੇ ਪਾਕੀ ਬੋਲਨੀ ਅੱਲਾ ਜਾਣਦਾ ਜੋ ਕਰਦੇ ਨੇ ਅੱਲਾ ਦੀ ਇਹ ਬਾਦਸ਼ਾਹੀ ਅਸਮਾਨਾਂ ਤੇ ਜ਼ਮੀਨ ਦੇ ਤੇ ਅੱਲਾ ਹੀ ਵੱਲ ਮੁੜ ਜਾਣਾ ਹੈ ਭਲਾ ਤੂੰ ਨਹੀਂ ਡਿਠਾ ਜੋ ਅੱਲਾ ਹਕਦਾ ਹੈ ਬਦਲ ਨੂੰ ਫਿਰ ਉਸ ਨੂੰ ਆਪੇ ਵਿੱਚ ਮਲਾਂਦਾ ਹੈ ਫਿਰ ਕਰਦਾ ਉਸ ਨੂੰ ਤੈਅ ਬਤਾਏ ਫਿਰ ਵੇਖਣਾ ਹੈ ਤੂੰ ਮੀਂਹ ਵਰਦਾ ਹੈ ਉਸ ਦੇ ਸੁਰਾਖਾਂ ਵਿੱਚੋਂ ਤੇ ਉਤਾਰਦਾ ਹੈ ਹੌਲੇ ਅਸਮਾਨੋਂ ਉਥੇ ਦੀਆਂ ਗਲੀਆਂ ਪਹਾੜੀਆਂ ਵਿੱਚੋਂ ਫਿਰ ਪਾਉਂਦਾ ਹੈ ਉਹ ਗਿੱਲਾ ਜਿਸ ਉਤੇ ਚਾਏ ਤੇ ਮੋੜ ਦਿੰਦਾ ਉਸ ਨੂੰ ਜਿਸ ਤੋਂ ਚਾਏ ਨੇੜੇ ਚਮਕਾਰਾ ਉਸ ਪਿੱਲਿਚਕ ਦਾ ਜੋ ਲੈ ਜਾਏ ਅੱਖੀਆਂ ਨੂੰ ਬਦਲਦਾ ਹੈ ਅੱਲਾ ਰਾਤ ਤੇ ਦਿਨ ਨੂੰ ਜ਼ਰੂਰ ਇਸ ਵਿੱਚ ਕਿਆਸ ਕਰਨੇ ਦਾ ਥਾਂ ਹੈ ਅੱਖੀਆਂ ਵਾਲਿਆਂ ਲਈ ਤੇ ਅੱਲਾ ਨੇ ਪੈਦਾ ਕੀਤਾ ਹਰ ਇੱਕ ਜਾਨਦਾਰ ਪਾਣੀ ਥੀ ਫਿਰ ਉਹਨਾਂ ਵਿੱਚੋਂ ਕੋਈ ਤੁਰਦਾ ਆਪਣੇ ਟਿੱਡ ਦੇ ਪਾਰ ਤੇ ਉਹਨਾਂ ਵਿੱਚੋਂ ਕੋਈ ਤੁਰਦਾ ਹੈ ਦੋ ਪੈਰਾਂ ਦੇ ਪਾਰ ਤੇ ਉਹਨਾਂ ਵਿੱਚੋਂ ਕੋਈ ਤੁਰਦਾ ਹੈ ਚੌਂ ਟੰਗਾਂ ਦੇ ਪਾਰ ਪੈਦਾ ਕਰਦਾ ਹੈ ਅੱਲਾ ਜੋ ਚਾਹੇ ਅੱਲਾ ਦਾ ਜ਼ਰੂਰ ਹਰ ਕਾਸੇ ਉਤੇ ਵਾਸ ਚੱਲਦਾ ਹੈ ਜ਼ਰੂਰ ਉਤਾਰੀਆਂ ਨੇ ਅਸਾਂ ਸਾਫ਼-ਸਾਫ਼ ਗੱਲਾਂ ਤੇ ਅੱਲਾ ਪਾਉਂਦਾ ਹੈ ਜਿਸ ਨੂੰ ਚਾਹੇ ਸਿੱਧੇ ਰਾਹ ਤੇ ਇਹ ਲੋਕ ਆਖਦੇ ਨੇ ਅਸਾਂ ਮੰਨਿਆ ਅੱਲਾ ਨੂੰ ਤੇ ਰਸੂਲ ਨੂੰ ਤੇ ਫਰਮਾਨ ਬਰਦਾਦ ਬਣਿਆ ਫਿਰ ਐਦੋਂ ਪਿੱਛੇ ਉਹਨਾਂ ਵਿੱਚੋਂ ਇੱਕ ਟੋਲਾ ਤਾਂ ਤੋਂ ਫਿਰ ਜਾਂਦਾ ਹੈ ਤੇ ਨਹੀਂ ਉਹ ਲੋਕ ਮੰਨਣ ਵਾਲੇ ਤੇ ਜਦ ਸੱਦੇ ਜਾਣ ਅੱਲਾ ਤੇ ਉਹਦੇ ਰਸੂਲ ਵੱਲ ਤਾਂ ਫੈਸਲਾ ਕਰੇ ਉਹਨਾਂ ਵਿੱਚ ਆਪਸ ਦੇ ਮੁਕਦਮੇ ਦਾ ਤਦੋਂ ਹੀ ਇੱਕ ਟੋਲਾ ਉਹਨਾਂ ਵਿੱਚੋਂ ਘਟਵਾਇਆ ਜਾਂਦਾ ਹੈ ਤੇ ਜੇ ਉਹਨਾਂ ਨੂੰ ਕੁਝ ਲੈਣਾ ਆਉਂਦਾ ਹੋਵੇ ਤਾਂ ਆਉਂਦੇ ਨੇ ਉਸ ਵੱਲ ਕਬੂਲ ਕਰਕੇ ਭਲਾ ਉਹਨਾਂ ਦੇ ਦਿਲਾਂ ਵਿੱਚ ਕੁਝ ਰੋਗ ਹੈ ਜਾਂ ਸ਼ੱਕ ਪਿਆ ਨੇ ਜਾਂ ਡਰਦੇ ਨੇ ਭਈ ਜ਼ੁਲਮ ਕਰੇਗਾ ਅੱਲਾ ਉਹਨਾਂ ਉੱਤੇ ਤੇ ਪੈਗੰਬਰ ਹੋਦਾ ਸਗੋਂ ਉਹ ਆਪ ਹੀ ਨੇ ਜ਼ਾਲਮ ਇੱਕੋ ਸੁਖ ਨਹੀਂ ਇਮਾਨਦਾਰਾਂ ਦਾ ਜਦ ਸੱਦੇ ਜਾਣ ਅੱਲਾ ਤੇ ਉਹਦੇ ਰਸੂਲ ਵੱਲ تاں فیصلہ کرے انہاں وچ او آکھن اسا سنیا ہے تے حکم منیا ہے تے اوہی نیال ہوئے نے جڑا آکھے لگے گا اللہ تے او دے پیغمبر دے تے ڈرے گا اللہ تو تے بچ کے ترے گا اس تو سو اوہی مراد پانے والے تے منافقاں سو کھا دیو نے اللہ دی پکی سو اپنیاں دی بھائی جے حکم کرے گا تو انہاں نو تاں ضرور نکلن گے جہاد واسطے تو آکھ کسواں نہ کھاؤ تہاڈا آکھے لگنا معلوم ہے اللہ نو ضرور خبر جو کر دیو کہہ دیو آکھے لوگو اللہ دے آکھے لوگو پیغمبر دے پھر جے جی منہ مو موڑو گے تاں او دے ذمہ نرا اوہ پار اون چکایا گیا تے تواڈے ذمہ ہے جو تانوں چکایا گیا تے جے جی تسی او دے آکھے لگو گے تاں راہ پے جاؤ گے تے پیغام پہنچانے والے دا کچھ ذمہ نہیں سوا پیغام پہنچانے دے کھول کے وعدہ کیتا اللہ نے انہاں نال جنہاں جی منیاں تساں وچوں تے کیتیاں پلیاں ਜ਼ਰੂਰ ਖਲੀਫਾ ਬਣਾਏਗਾ ਉਹਨਾਂ ਨੂੰ ਜ਼ਮੀਨ ਵਿੱਚ ਜਿਵੇਂ ਖਲੀਫਾ ਬਣਾਇਆ ਉਹਨਾਂ ਨੂੰ ਜਿਹੜੇ ਪਹਿਲੇ ਸਨ ਇਹਨਾਂ ਦੇ ਤੇ ਜ਼ਰੂਰ ਪੱਕਾ ਕਰ ਦੇਗਾ ਉਹਨਾਂ ਨੂੰ دین ਉਹਨਾਂ ਦਾ ਜਿਹੜਾ ਪਸੰਦ ਕੀਤਾ ਉਹਨਾਂ ਲਈ ਤੇ ਜ਼ਰੂਰ ਬਦਲੇ ਵਿੱਚ ਦੇਗਾ ਉਹਨਾਂ ਨੂੰ ਪਿੱਛੇ ਉਹਨਾਂ ਦੇ ਡੱਢ ਦੇ ਅਮਨ ਪੂਜਾ ਕਰਨਗੇ ਮੇਰੀ ਨਾ ਸ਼ਰੀਕ ਬਣਾਉਣਗੇ ਮੇਰੇ ਨਾਲ ਕਿਸੇ ਚੀਜ਼ ਨੂੰ ਤੇ ਜਿਹੜਾ ਨਾ ਸ਼ੁਕਰੀ ਕਰੇਗਾ ਉਦੋਂ ਪਿੱਛੇ ਸੋ ਉਹੋ ਹੀ ਨੇ ਫਾਸਕ ਬੇਫਰਮਾਨ ਦਰਸਤ ਪੜੋ ਨਮਾਜ਼ ਤੇ ਦਿਓ ਜ਼ਕਾਤ ਤੇ ਆਖੇ ਲੱਗੋ ਪੈਗੰਬਰ ਦੇ ਸ਼ਾਇਦ ਤੁਸਾਂ ਉੱਤੇ ਮੇਰ ਹੋਵੇ ਨਾ ਗੁਮਾਨ ਕਰੋ ਬਈ ਮਾਨਾ ਨੂੰ ਹਰਾ ਦੇਣ ਵਾਲੇ ਅੱਲਾ ਨੂੰ ਜ਼ਮੀਨ ਵਿੱਚ ਤੇ ਟਿਕਾਣਾ ਉਹਨਾਂ ਦਾ ਅੱਗੇ ਤੇ ਕਈ ਬੁਰੀ ਜਗ੍ਹਾ ਮੜ ਜਾਣੇ ਦੀ اے ਇਮਾਨਦਾਰੋ ਚਾਹੀਦਾ ਹੈ ਜਿਹੜੇ ਤੁਸਾਂ ਦੇ ਹੱਥ ਦਾ ਮਾਲ ਨੇ ਤੇ ਜਿਹੜੇ ਬੱਚੇ ਤੁਸਾਂ ਦੇ ਬਾਲਗ ਹੋਣੇ ਨੂੰ ਨਹੀਂ ਪਹੁੰਚੇ ਮੰਗਣ ਇਜਾਜ਼ਤ ਤਿੰਨ ਵੇਲੇ ਪਹਿਲੇ ਨਮਾਜ਼ ਫਜਰ ਦੇ ਤੇ ਜਦ ਲਾਹ ਰੱਖਦੇ ਹੋ ਕੱਪੜੇ ਆਪਣੇ ਦੁਪਹਿਰ ਵੇਲੇ ਤੇ ਪਿੱਛੇ ਨਮਾਜ਼ ਅਸ਼ਾ ਦੇ ਇਹ ਤਿੰਨ ਵਕਤ ਨੇ ਤੁਸਾਂ ਦੇ ਪਰਦੇ ਦੇ ਨਹੀਂ ਹੈ ਤੁਸਾਂ ਉੱਤੇ ਤੇ ਨਾ ਉਹਨਾਂ ਉੱਤੇ ਕੋਈ ਗੁਨਾਹ ਪਿੱਛੇ ਇਹਨਾਂ ਦੇ ਪਹੁੰਦੇ ਫਿਰਨ ਵਾਲੇ ਨੇ ਤੁਸਾਂ ਕੋਲ ਇੱਕ ਤੁਸਾਂ ਦੇ ਇਕਲਾ ਕੋਲ ਐਸੀ ਤਰ੍ਹਾਂ ਬਿਆਨ ਕਰਦਾ ਅੱਲਾ ਤੁਸਾਂ ਲਈ ਆਇਤਾਂ ਤੇ ਅੱਲਾ ਸਭ ਕੁਝ ਜਾਣਦਾ ਹਕਮਤ ਵਾਲਾ ਤੇ ਜਦ ਪਹੁੰਚਣ ਲੜਕੇ ਤੁਸਾਂ ਵਿੱਚੋਂ ਮਾਲਕ ਹੋਣੇ ਨੂੰ ਤਾਂ ਹੁਕਮ ਲੈ ਲੈਣ ਜਿਉਂ ਹੁਕਮ ਮੰਗਿਆ ਉਹਨਾਂ ਨੇ ਜਿਹੜੇ ਵਟਕੇ ਸਣ ਇਹਨਾਂ ਦੇ ਇਸੇ ਤਰ੍ਹਾਂ ਬਿਆਨ ਕਰਦਾ ਦਾ ਤੁਸਾਂ ਲਈ ਆਪਣੀਆਂ ਆਇਤਾਂ ਤੇ ਅੱਲਾ ਸਭ ਕੁਝ ਜਾਣਦਾ ਹੈ ਹਕਮਤ ਵਾਲਾ ਬੁੱਢੀਆਂ ਔਰਤਾਂ ਜਿਹੜੀਆਂ ਉਮੀਦ ਨਹੀਂ ਰੱਖਦੀਆਂ ਵਿਆਹ ਦੀ ਸੋ ਨਹੀਂ ਉਹਨਾਂ ਉੱਤੇ ਗੁਨਾਹ ਜੋ ਲਾ ਛੜਨ ਪਰਦੇ ਆਪਣੇ ਬਗੈਰ ਸ਼ਿੰਗਾਰ ਬਖਾਂਦੀਆਂ ਫਿਰਨ ਦੇ ਤੇ ਇਹ ਇਸ ਤੋਂ ਵੀ ਬਚਨ ਤਾਂ ਚੰਗਾ ਹੈ ਉਹਨਾਂ ਲਈ ਤੇ ਅੱਲਾ ਸੁਣਦਾ ਜਾਣਦਾ ਹੈ ਨਹੀਂ ਆਨੇ ਦੇ ਸਿਰ ਗੁਨਾਹ ਤੇ ਨਾ ਲੰਗੇ ਦੇ ਸਿਰ ਗੁਨਾਹ ਤੇ ਨਾ ਬਿਮਾਰ ਦੇ ਸਿਰ ਗੁਨਾਹ ਜੇ ਕਿਸੇ ਦੇ ਘਰੋਂ ਖਾਲ ਕਿੰਨਾ ਤੁਹਾਡੇ ਆਪਣੇ ਸਿਰ ਇਸ ਗੱਲ ਵਿੱਚ ਜੁਖਾਓ ਤੁਸੀਂ ਆਪਣੇ ਘਰਾਂ ਤੋਂ ਜਾਂ ਆਪਣੇ ਪਿਓਾਂ ਦੇ ਘਰਾਂ ਤੋਂ ਜਾਂ ਆਪਣੀ ਮਾਵਾਂ ਦੇ ਘਰਾਂ ਤੋਂ ਜਾਂ ਆਪਣੇ ਭਰਾਵਾਂ ਦੇ ਘਰਾਂ ਤੋਂ ਜਾਂ ਆਪਣੀ ਭੈਣਾਂ ਦੇ ਘਰਾਂ ਤੋਂ ਜਾਂ ਆਪਣੇ ਚਾਚਿਆਂ ਦੇ ਘਰਾਂ ਤੋਂ ਜਾਂ ਆਪਣੀ ਫੂਪੀਆਂ ਦੇ ਘਰਾਂ ਤੋਂ ਜਾਂ ਆਪਣੇ ਮਾਮਿਆਂ ਦੇ ਘਰਾਂ ਤੋਂ ਜਾਂ ਆਪਣੀ ਮਾਸੀਆਂ ਦੇ ਘਰਾਂ ਤੋਂ ਜਾਂ ਜਿਸ ਘਰ ਦੀ ਕੁੰਜੀਆਂ ਦੇ ਮਾਲਕ ਹੋਏ ਹੋ ਜਾਂ ਆਪਣੇ ਦੋਸਤਾਂ ਦੇ ਘਰਾਂ ਤੋਂ ਨਹੀਂ ਇਹ ਤੁਸੀਂ ਸਿਰ ਗੁਨਾਹ ਜੁਖਾਓ ਤੁਸੀਂ ਇਕੱਠੇ ਜਾਂ ਵੱਖਰੇ ਵੱਖਰੇ ਫਿਰ ਜਦ ਵੜਨ ਲੱਗੋ ਕਰ ਅਸੀਂ ਕਿ ਤਾਂ ਸਲਾਮ ਆਖੋ ਕਰ ਵਾਲਿਆਂ ਉਤੇ ਜਾਂ ਆਪਣੇ ਆਪ ਉਤੇ ਸਲਾਮ ਨੀਕ ਦੁਆ ਹੈ ਅੱਲਾ ਕੋ ਲਹੂਤਰੀ ਹੋਈ ਬਰਕਤ ਵਾਲੀ ਸੁਫਰੀ ਐਸੇ ਤਰ੍ਹਾਂ ਬਿਆਨ ਕਰਦਾ ਅੱਲਾ ਤੁਸਾਂ ਲਈ ਆਇਤਾ ਸ਼ਾਇਦ ਤੁਸੀਂ ਸਮਝ ਲਾਓ ਸੱਚ ਵਿੱਚ ਇਮਾਨਦਾਰ ਉਹ ਹੀ ਨੇ ਜਿਹਨਾਂ ਮੰਨਿਆ ਅੱਲਾ ਨੂੰ ਤੇ ਉਹਦੇ ਪੈਗੰਬਰ ਨੂੰ ਤੇ ਜਦ ਹੁੰਦੇ ਨੇ ਉਸ ਨਾਲ ਕਿਸੇ ਕੱਟ ਕਰਨ ਵਾਲੇ ਕੰਮ ਹੁੰਦੇ ਹੈ ਚਲੇ ਨਹੀਂ ਜਾਂਦੇ ਜੱਤੀ ਕੋ ਹੁਕਮ ਨਾ ਲੈ ਲੈਣ ਉਸ ਤੋਂ ਜਿਹੜੇ ਹੁਕਮ ਮੰਗਦੇ ਨੇ ਤਾਂ ਤੁਹਾਨੂੰ ਜ਼ਰੂਰ ਹੋਣੇ ਜਿਹੜੇ ਮੰਨਦੇ ਨੇ ਅੱਲਾਹ ਤੇ ਉਹਦੇ ਪੈਗੰਬਰ ਨੂੰ ਫਿਰ ਜਦ ਹੁਕਮ ਮੰਗਣ ਤਾਂ ਤੁਹਾਨੂੰ ਆਪਣੇ ਕਿਸੇ ਕੰਮ ਲਈ ਤਾਂ ਹੁਕਮ ਦੇ ਜਿਸ ਨੂੰ ਤੂੰ ਚਾਹੇ ਉਹਨਾਂ ਵਿੱਚੋਂ ਤੇ ਬਖਸ਼ਿਸ਼ ਮੰਗੋ ਨਾਲੀ ਅੱਲਾਹ ਤੋਂ ਅੱਲਾਹ ਜ਼ਰੂਰ ਬਖਸ਼ਣ ਵਾਲ ਮਿਹਰਬਾਨ ਹੈ ਨਾਠੇ ਰਹੋ ਸਦਨਾ ਪੈਗੰਬਰ ਦਾ ਆਪਣੇ ਵਿੱਚ ਜਿਵੇਂ ਸਦਨਾ ਇੱਕ ਨਾਲ ਦਾ ਤੁਸਾਂ ਦਿਆਂ ਦਾ ਇੱਕ ਨਾਲ ਨੂੰ ਜ਼ਰੂਰ ਜਾਣਦਾ ਅੱਲਾਹ ਉਹਨਾਂ ਨੂੰ ਜਿਹੜੇ ਤੁਸਾਂ ਵਿੱਚੋਂ ਨਜ਼ਰ ਬਚਾ ਕੇ ਖਿਸਕ ਜਾਂਦੇ ਨੇ ਸੋ ਚਾਹੀਏ ਜੋ ਡਰਦੇ ਰਹੇ ਜਿਹੜੇ ਉਲਟ ਕਰਦੇ ਨੇ ਪੈਗੰਬਰ ਦੇ ਹੁਕਮ ਦਾ ਇਸ ਤੋਂ ਜੋ ਪਏ ਉਹਨਾਂ ਉੱਤੇ ਕੋਈ ਆਫਤ ਜਾਂ ਪਹੁੰਚੇ ਉਹਨਾਂ ਨੂੰ ਦੁੱਖ ਦੀ ਮਾਰ ਸੁਣ ਲਓ ਜ਼ਰੂਰ ਅੱਲਾ ਹੀ ਦਾਏ ਜੋ ਕੁਝ ਆਸਮਾਨ ਉਤੇ ਜ਼ਮੀਨ ਵਿੱਚ ਜ਼ਰੂਰ ਜਾਣਦਾ ਹੈ ਜੇ ਸਾਲ ਵੀ ਤੁਸੀਂ ਹੋਵੋ ਤੇ ਜਿਸ ਦਿਨ ਮੋੜੇ ਜਾਣਗੇ ਉਸ ਵਲ ਤਦ ਦੱਸੇਗਾ ਉਹਨਾਂ ਨੂੰ ਜੋ ਕੁਝ ਕੀਤਾ ਨੇ ਤੇ ਅੱਲਾ ਹਰ ਕਾਥੇ ਦਾ ਜਾਣੂ ਹੈ